ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁਲਤਾਨ 19 ਮਈ ਨੂੰ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਟੈਲਫੋਰਡ ਦਾ ਤੀਜਾ ਕਬੱਡੀ ਕੱਪ ਹੋਣ ਜਾ ਰਿਹਾ ਸੰਦੀਪ ਬਾਈ ਦੀ ਯਾਦ ਦੇ ਵਿੱਚ, ਅਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਲੇ ਦੇ ਵਿੱਚ ਇੰਗਲੈਂਡ ਵਾਲੇ ਸਾਰੇ ਵੀਰ ਜ਼ਰੂਰ ਪਹੁੰਚਿਓ ਪਰਿਵਾਰ ਸਮੇਤ, ਅਤੇ ਮੇਲੇ ਦੀ ਰੌਣਕ ਵਧਾਇਓ, ਅਤੇ ਬਹੁਤ ਵਧੀਆ ਮੈਚ ਹੋਣਗੇ, ਅਤੇ ਇਸ ਵੀਕ ਆਪਣੀ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਟੈਲਫੋਰਡ ਦੀ ਪੂਰੀ ਟੀਮ ਗਰਾਊਂਡ ਦੇ ਵਿੱਚ ਉਤਰੂ, ਅਤੇ ਸਾਰੇ ਜ਼ਰੂਰ ਸਪੋਰਟ ਕਰਿਓ ਟੀਮ ਦੀ, ਅਤੇ ਮੇਲੇ ਰੌਣਕ ਵਧਾਇਓ 19 ਮਈ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂ ਤਾਂ ਦੋਸਤੋ, ਜਿਵੇਂ ਤੁਸੀਂ ਨੇ ਇਹ ਵੀਡੀਓ ਕਲਿੱਪ ਦੇ ਵਿੱਚ ਦੇਖ ਹੀ ਲਿਆ, ਆਪਣੀ ਮਾਂ ਖੇਡ ਕਬੱਡੀ ਦੇ ਵੱਡੇ ਮੱਲ ਸੁਲਤਾਨ ਸੌਂਸਪੁਰ ਵੱਲੋਂ ਸੱਦੇ ਦਿੱਤੇ ਗਏ ਨੇ, ਜਿਹੜਾ 19 ਮਈ 2024 ਨੂੰ ਇੰਗਲੈਂਡ ਦੇ ਵਿੱਚ ਕਬੱਡੀ ਕੱਪ ਕਰਾਇਆ ਜਾ ਰਿਹਾ ਉਹਦੇ ਲਈ। ਅਤੇ ਦੋਸਤੋ, ਇਸ ਕਬੱਡੀ ਕੱਪ ਉੱਤੇ ਪੰਜਾਬ ਅਤੇ ਹਰਿਆਣੇ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇਗੇ, ਅਤੇ ਕਬੱਡੀ ਦਾ ਕਿੰਗ ਜਾਫੀ ਮੰਗੀ ਬੱਗਾ ਪਿੰਡ ਵੀ ਪਹੁੰਚ ਰਿਹਾ, ਅਤੇ ਨਾਲ ਹੀ ਰਵੀ ਸਾਹੋ ਕੈਲ ਦਾ ਵੀ ਵੀਜ਼ਾ ਲੱਗ ਗਿਆ, ਅਤੇ ਹੋਰ ਵੀ ਦੋਸਤੋ ਹਰਿਆਣੇ ਦੇ ਸੁਪਰਸਟਾਰ ਪਲੇਅਰ ਵਿਨੇ ਖੱਤਰੀ ਵਰਗੇ ਖੇਡਣਗੇ ਇਸ ਕਬੱਡੀ ਕੱਪ ਉੱਤੇ। ਸੋ ਬਾਕੀ ਦੋਸਤੋ, ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਸੋ ਦੋਸਤੋ, ਇਸੀ ਅੱਜ ਦੀ ਵੀਡੀਓ।